ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਜੀ? ਇਹ ਹੈਗਾ ਆਪਣਾ ਤੀਜਾ ਬਲੌਗ, ਔਰ ਇਸ ਬਲੌਗ 'ਚ ਲੈ ਕੇ ਜਾ ਰਹੇ ਹਾਂ ਆਪਾਂ ਮੈਲਬਨ ਟੂ ਸਿਡਨੀ। ਸਫ਼ਰ ਹੋਣ ਵਾਲਾ ਬਹੁਤ ਵਧੀਆ, ਅਤੇ ਆਪਾਂ ਜਾ ਰਹੇ ਹਾਂ ਬਾਈਪਾਸ। ਆ ਗਿਆ ਜੀ ਵੈਸਟ ਗੇਟ ਬ੍ਰਿਜ ਮੈਲਬਨ ਦਾ। ਪਹੁੰਚ ਗਏ ਜੀ ਆਪਾਂ ਸਿਟੀ, ਮੈਲਬਨ ਸਿਟੀ। ਕਿੱਥੇ ਤੱਕ ਕਰੀਨ ਪਜਾਈ ਉਹ ਬੰਦੇ ਨੇ? ਕਿੱਥੇ ਇਹਦੇ 'ਚ? ਉਹ ਦੇਖੋ ਜੀ ਗੋਲਡਨ ਯੂਰੇਕਾ ਟਾਵਰ। ਕਿਹੜਾ ਟਾਵਰ? ਯੂਰੇਕਾ ਟਾਵਰ। ਯੂਰੇਕਾ ਟਾਵਰ 24 ਕੈਰਟ ਗੋਲਡ ਲੱਗਿਆ ਜੀ ਇਹ 'ਚ। ਸ਼ਰੇਆਮ ਸਿਗਰਟਾਂ ਪੀਂਦੇ ਨੇ ਤਾਂ। ਇਹ ਸਟੇਸ਼ਨ ਹੈ ਜੀ ਸਦਰਨ ਕ੍ਰੋਸ। ਲਓ ਜੀ ਆਪਾਂ ਪਹੁੰਚ ਗਏ ਮੈਲਬਨ ਦੇ ਬੱਸ ਸਟੈਂਡ। ਇਹ ਹੈਗੀਆਂ ਬੱਸਾਂ, ਆਪਾਂ ਟਿਕਟ ਬੁੱਕ ਕਰਾਈ ਹੈ ਫਾਇਰਫਲਾਈ ਔਨਲਾਈਨ। ਔਨਲਾਈਨ ਟਿਕਟ ਆਪਾਂ ਨੇ ਮਿਲੀ ਆ ਪੈਂਟਾਂ ਦੀ,
$65 ਤੇ ਪਲੱਸ GST $80 ਤੇ ਤੁਸੀਂ 40 ਕਿਲੋ ਸਮਾਨ ਲੈ ਕੇ ਜਾ ਸਕਦੇ ਹੋ 45 ਕਿਲੋ ਜਹਾਜ਼ ਅਲਾਊਡ ਨਹੀਂ ਹੈ ਬਟ ਦਾ ਟਾਈਮ ਹੈਗਾ ਜੀ 7 ਵਜੇ 7 ਵਜੇ ਚੱਲਿਓ ਸਵੇਰੇ 6:10 'ਤੇ ਸਿਡਨੀ ਪਹੁੰਚ ਜਾਏਗੀ ਚਲੋ ਵੇਟ ਕਰ ਰਹੇ ਬਸ ਦਾ ਚਲੋ ਆਓ ਫਿਰ ਤੁਹਾਨੂੰ ਦਿਖਾਵਾਂਗੇ We'll be right back.
ਚਾਹੀਦਾ ਨਾ ਸਟੱਡੀ, ਉਹ ਆਪਾਂ ਤੁਹਾਡੇ ਸਟੱਡੀ ਦੇ ਰਿਲੇਟਡ